ਅਕਾਲ, ਮੈਂ ਹਰਮਨ ਜੰਡੂ ਲੈ ਕੇ ਹਾਜ਼ਰ ਹਾਂ ਸ਼ੋਅ ਜਿਸ ਦਾ ਨਾਮ ਹੈ ਜੀ ਫਿਲਮੀ ਵੁੱਡ, ਜਿਸ ਵਿੱਚ ਅਸੀਂ ਬਾਲੀਵੁੱਡ, ਬਾਲੀਵੁੱਡ ਤੇ ਹਾਲੀਵੁੱਡ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਬਾਲੀਵੁੱਡ ਦੀ। ਅਰਦਾਸ, ਕੈਰੀ ਓਨ, ਜੱਟਾ, ਮੰਜੇ, ਬਿਸਤਰੇ, ਅਰਦਾਸ ਕਰਾਂ ਵਰਗੀਆਂ ਫਿਲਮਾਂ ਨਾਲ ਦਿਲ ਛੋਹ ਲੈਣ ਵਾਲੇ ਅਦਾਕਾਰ ਗਿੱਪੀ ਗਰੇਵਾਲ ਇੱਕ ਵਾਰ ਫਿਰ ਰਿਸ਼ਤਿਆਂ ਦੀ ਗੱਲ ਕਰਦੇ ਨਜ਼ਰ ਆਉਣਗੇ। ਜੀ ਹਾਂ, ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ਦੀ ਅਨਾਊਂਸਮੈਂਟ ਕੀਤੀ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਤੇ ਦੇ ਦਿੱਤੀ ਹੈ। ਦੱਸ ਦਈਏ ਕਿ ਫਿਲਮ ਮਾਂ ਦੇ ਕਲੈਬ ਬੋਰਡ ਦੀ ਤਸਵੀਰ ਸ਼ੇਅਰ ਕਰਦਿਆਂ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ, ਮੇਰੀ ਸਾਰੀ ਟੀਮ ਨੂੰ ਪੰਜਾਬੀ ਫਿਲਮ ਮਾਂ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਇਹ ਟਾਈਟਲ ਹੀ ਜਾਦੂਮਈ ਹੈ। ਬਹੁਤ ਵਧੀਆ ਲੱਗ ਰਿਹਾ ਹੈ ਕਿ ਇੱਕ ਲੰਬੇ ਸਮੇਂ ਬਾਅਦ ਪੰਜਾਬੀ ਫਿਲਮ 'ਚ ਕੰਮ ਕਰਨਾ ਹੈ। ਗੁੱਡ ਲੱਕੀ ਗਿੱਪੀ ਗਰੇਵਾਲ, ਬਲਜੀਤ ਸਿੰਘ ਦਿਓ ਤੇ ਰਾਣਾ ਰਣਵੀਰ। ਦੱਸਣਯੋਗ ਹੈ ਕਿ ਫਿਲਮ ਮਾਂ ਨੂੰ ਗਿੱਪੀ ਗਰੇਵਾਲ ਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ। ਫਿਲਮ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਕਰ ਰਹੇ ਹਨ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਅਤੇ ਓਮ ਜੀ ਸਟਾਰ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਦਿਵਿਆ ਦੱਤਾ, ਆਰੂਸ਼ੀ ਸ਼ਰਮਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਵੱਡਾ ਗਰੇਵਾਲ ਤੋਂ ਇਲਾਵਾ ਕਈ ਹੋਰ ਨਾਮੀ ਸਿਤਾਰੇ ਵੀ ਨਜ਼ਰ ਆਉਣਗੇ। ਮਾਂ ਫਿਲਮ ਨੂੰ ਮਦਰਸ ਡੇ ਯਾਨੀ ਕਿ 8 ਮਈ ਨੂੰ ਰਿਲੀਜ਼ ਹੋਵੇਗੀ। ਇਨ੍ਹੀਂ ਦਿਨੀ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ਇੱਕ ਸੰਧੂ ਹੁੰਦਾ ਸੀ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਉਹਨਾਂ ਦੀ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਮਾਨੁਸ਼ੀ ਫਿਲਮ ਪ੍ਰਿਥਵੀ ਰਾਜ ਦੇ ਨਾਲ ਆਪਣਾ ਡੈਬਿਊ ਕਰਨ ਜਾ ਰਹੀ ਹੈ। ਮਾਨੁਸ਼ੀ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਡੂਡਲਿੰਗ ਕਰ ਰਹੀ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ ਉਹ ਆਪਣੀ ਕ੍ਰੀਏਟੀਵਿਟੀ ਦਾ ਪਤਾ ਲਗਾਉਣ ਦੇ ਲਈ ਇਸ ਨੂੰ ਕਰਨ ਲੱਗਦੀ ਹੈ। ਉਹ ਇੱਕ ਬੇਹੱਦ ਪਿਆਰੇ ਬਲੈਕ ਬੋਰਡ ਤੇ ਚੌਕ ਦੇ ਨਾਲ ਸੈੱਟ ਤੇ ਜਾਂਦੀ ਹੈ ਤੇ ਬ੍ਰੇਕ 'ਤੇ ਡੂਡਲ ਕਰਨਾ ਪਸੰਦ ਕਰਦੀ ਹੈ। ਦੱਸ ਦਈਏ ਕਿ ਫਿਲਮ 'ਚ ਅਕਸ਼ੇ ਮੁੱਖ ਭੂਮਿਕਾ 'ਚ ਹਨ, ਜਦੋਂ ਕਿ ਮਾਨੁਸ਼ੀ ਉਹਨਾਂ ਦੀ ਪਤਨੀ ਸੰਯੋਗਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ, ਜੋ ਹੁਣ ਅਕਸ਼ੇ ਕੁਮਾਰ ਦੀ ਫਿਲਮ ਪ੍ਰਿਥਵੀ ਰਾਜ ਦੇ ਵਿੱਚ ਨਜ਼ਰ ਆਵੇਗੀ। ਤੇ ਹੁਣ ਗੱਲ ਕਰਦੇ ਹਾਂ ਜੀ ਹਾਲੀਵੁੱਡ ਦੀ। ਲੀਵਾ ਮਿਸ ਡੀਵਾ ਯੂਨੀਵਰਸ 2020 ਮੁਕਾਬਲੇ 'ਚ ਐਡਲਿਨ ਕੈਸਟਲੀਨੋ ਜੇਤੂ ਰਹੀ। ਮੈਂਗਲੁਰੂ ਦੀ ਰਹਿਣ ਵਾਲੀ ਐਡਲਿਨ ਨੂੰ YRF ਸਟੂਡੀਓ ਵਿੱਚ ਇੱਕ ਪ੍ਰੋਗਰਾਮ ਦੌਰਾਨ ਪਿਛਲੇ ਸਾਲ ਦੀ ਜੇਤੂ ਵਰਤਿਕਾ ਸਿੰਘ ਨੇ ਤਾਜ ਪਹਿਨਾਇਆ। ਲੀਵਾ ਮਿਸ ਦੀਵਾ ਯੂਨੀਵਰਸ 2020 ਮੁਕਾਬਲੇ 'ਚ ਐਡਲਿਨ ਕੈਸਟਲੀਨੋ ਜੇਤੂ ਰਹੀ। ਮੈਂਗਲੁਰੂ ਦੀ ਰਹਿਣ ਵਾਲੀ ਐਡਲਿਨ ਕੈਸਟਲੀਨੋ ਨੂੰ YRF ਸਟੂਡੀਓ 'ਚ ਇੱਕ ਪ੍ਰੋਗਰਾਮ ਦੌਰਾਨ ਪਿਛਲੇ ਸਾਲ ਦੀ ਜੇਤੂ ਵਰਤਿਕਾ ਸਿੰਘ ਨੇ ਤਾਜ ਪਹਿਨਾਇਆ। ਐਡਲਿਨ ਕੈਸਟਲੀਨੋ ਦੇ ਬਾਅਦ ਜਬਲਪੁਰ ਦੀ ਆਵਰਤੀ ਚੌਧਰੀ ਦੂਸਰੇ ਸਥਾਨ 'ਤੇ ਰਹੀ, ਜਿਸ ਨੂੰ ਸਾਬਕਾ ਮਿਸ ਦੀਵਾ ਸੁਪਰ ਨੈਸ਼ਨਲ ਸੈਫਾਲੀ ਸੂਦ ਨੇ ਤਾਜ ਪਹਿਨਾਇਆ। ਪੁਣੇ ਦੀ ਨੇਹਾ ਜੈਸਵਾਲ ਨੇ ਰੋਸ਼ਨੀ ਨੂੰ ਮਿਸ ਦੀਵਾ ਰਨਰ ਅਪ ਦਾ ਤੀਜਾ ਤਾਜ ਪਹਿਨਾਇਆ। ਐਡਲਿਨ ਕੈਸਟਲੀਨੋ ਇਸ ਸਾਲ ਦੇ ਆਖਿਰ 'ਚ ਹੋਣ ਵਾਲੇ ਮਿਸ ਯੂਨੀਵਰਸ ਪ੍ਰਤੀਯੋਗਤਾ 'ਚ ਦੇਸ਼ ਦੀ ਅਗਵਾਈ ਕਰੇਗੀ, ਜਦਕਿ ਚੌਧਰੀ ਮਿਸ ਸੁਪਰ ਨੈਸ਼ਨਲ ਬਿਊਟੀ ਕੰਟੈਸਟ 'ਚ ਭਾਰਤ ਦੀ ਅਗਵਾਈ ਕਰੇਗੀ। ਸੋ ਇਹ ਸਨ ਬਾਲੀਵੁੱਡ, ਬਾਲੀਵੁੱਡ ਤੇ ਹਾਲੀਵੁੱਡ ਦੀਆਂ ਖਬਰਾਂ। ਹੋਰਨਾਂ ਖਬਰਾਂ ਲਈ ਜੁੜੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ।